हाँ जी भी जी सारे सत श्रीकाल जी, संदीप डेरी होने तो बहुत बहुत वेलकम है जी। आदि भी जी अपने विजिट हैगी शहर फगवाड़ा जी, जिला कपूरथला पैंदा। इन्हें बाइया कपूरथला वीडियो बनाई जी, आप बहुत वजिए पशु होंगे जी, इनके रेट भी बिल्कुल जायज होंगे। अज इन्हें हम होर पशु सेल है जी, ठीक है। हम बाई ने गलबात करा की प्राइस की मिलकर रिकॉर्ड आ, उस तो पहले रिक्वेस्ट करा थानू कि जेडे भीर पहले वीडियो वेख रहे हैं उन्होंने रिक्वेस्ट है मैं चैनल सबसक्राइब कर जी, घंटे बड़ा जरूर बनता है जी। एक और रिक्वेस्ट आ, अपनी पूरी तसली करो, पास करो, आके एक दिन सफाई करो इतने, ठीक है जी। हम बाई जी ने गलबात कर दी जी हम आप। हाँ जी भाई जी, सत श्रीकाल जी। सत श्रीकाल जी भावों, वेलकम है जी फगवाड़े आने से। और भाई ठीक ठाक जी, कृपा जी। बड़े टाइम बाद फिर भाई की करिए, फिर दुध का काम शुरू कर लिया जी अपना ही। अच्छा जी, ਤਾਂ ਫਿਰ ਸੇਲ ਪਰਚੇਜ਼ ਦਾ ਘਟਾਤਾ ਸੀ ਗਰਮੀ ਕਰਕੇ ਪਸ਼ੂ। ਹਾਂਜੀ ਹਾਂਜੀ ਠੀਕ ਹੈ ਜੀ, ਤਾਂ ਕਰਕੇ ਜੀ। ਤੇ ਅੱਜ ਫਿਰ ਗਾਈਆਂ ਆਪਣੇ ਕੋਲ ਕਿੰਨੀਆਂ? ਗਾਈਆਂ ਆਪਣੇ ਕੋਲ ਹੈਗੀਆਂ ਭਾਜੀ ਇਸ ਟਾਈਮ 6। ਸਾਰੀਆਂ ਵੇਚ ਦੇਣੀਆਂ? ਸਾਰੀਆਂ। ਤੇ ਕੀ ਗੱਲ ਹੋ ਗਈ ਭਾਜੀ? ਬਾਹਰ ਖਵਾ ਜਾਣਾ ਆ। ਅੱਛਾ ਜੀ, ਬਣਿਆ ਕਈ ਵਾਰ ਟਰਾਈ ਕੀਤਾ। ਹਾਂਜੀ ਹਾਂਜੀ, ਹੁਣ ਬਣਿਆ ਇਸ ਲਈ ਜਾਣਾ ਹੈ। ਚਲੋ ਜਾਣਾ ਹੈ। ਚਲੋ ਵਧੀਆ ਜੀ ਫਿਰ। ਹਾਂਜੀ, ਇੱਕ ਦੋ ਜਿਹੜੇ ਘਰ ਵਾਲੇ ਉਹ ਰੱਖ ਲੈਣੇ, ਪਸ਼ੂ ਬਾਕੀ ਵੇਚ ਦੇਣੇ ਸਾਰੇ। ਠੀਕ ਹੈ, ਇੱਕ ਦੋ ਹੈਗੇ ਆਪਾਂ। ਹਾਂਜੀ ਹਾਂਜੀ ਵੀਰੇ। ਚਲੋ ਭਾਜੀ ਫਿਰ ਆਪਣਾ ਨਾਮ ਤੇ ਫੋਨ ਨੰਬਰ। ਨਾਮ ਭਾਈ ਮੇਰਾ ਨਰਿੰਦਰ ਸਿੰਘ ਆ ਜੀ। ਹਾਂਜੀ, ਸ਼ਹਿਰ ਸੁਖਚੈਨ ਨਗਰ ਫਗਵਾੜਾ। ਠੀਕ ਹੈ ਜੀ, ਜ਼ਿਲ੍ਹਾ ਕਪੂਰਥਲਾ ਦਾ। ਠੀਕ ਹੈ, ਫੋਨ ਨੰਬਰ ਜੀ? ਫੋਨ ਨੰਬਰ 88725। ਹਾਂਜੀ, 47281। ਇੱਕ ਵਾਰੀ ਫਿਰ ਬੋਲੋ ਜੀ, 88725 47281। ਇਹੀ ਨੰਬਰ ਵਟਸਐਪ ਚੱਲਦਾ? ਹਾਂਜੀ ਭਾਈ, ਇਹੀ ਨੰਬਰ, ਸੇਮ ਨੰਬਰ। ਚਲੋ ਭਾਜੀ, ਪਰ ਜਰਸੀ ਦੀ ਗੱਲ ਕਰਦੇ ਹਾਂ। ਹਾਂਜੀ, ਇਹ ਕਿਵੇਂ ਸੂਆ ਭਾਜੀ? ਇਹ ਭਾਈ ਦੂਜੇ ਸੂਏ ਆ। ਸੂਈ ਆ? ਹਾਂਜੀ। ਠੀਕ ਹੈ ਜੀ, ਸੇਵਾ ਵਾਲਾ ਥੋੜੀ ਲੱਸੀ ਹੋ ਗਈ ਕਿਉਂਕਿ ਮੇਰੇ ਕੋਲ ਪੱਠਾ ਜਮਾ ਹੈ ਨਹੀਂ। ਠੀਕ ਹੈ ਜੀ, ਠੀਕ ਹੈ। ਹਾਂਜੀ, ਪੂਰੀ ਚੱਲਦੀ ਆ, ਸਾਡੇ 2 ਮਹੀਨੇ ਹੋ ਗਏ। ਹਾਂਜੀ ਹਾਂਜੀ ਠੀਕ ਹੈ ਜੀ। ਦੁੱਧ ਇਸ ਟਾਈਮ ਭਾਈ ਇਹਦਾ ਐਕਚੁਅਲੀ ਹੋ ਗਿਆ ਇਹਨੂੰ 1.5 ਮਹੀਨਾ। ਠੀਕ ਹੈ ਜੀ, ਪਿੱਛੇ ਦੇ ਬੱਚਾ ਹੈ ਜੀ। ਬੱਚਾ ਹਜੇ ਹੈਗਾ ਆ। ਹਾਂਜੀ ਹਾਂਜੀ, ਪਰ ਦਿਖਾ ਦਿੰਦੇ ਆਪਾਂ, ਹੋ ਜਾਣ ਵਾਲਾ ਜੀ ਅੱਜ ਵਾਸਤੇ। ਕੋਈ ਕੋਈ ਗੱਲ ਨਹੀਂ, ਠੀਕ ਹੈ ਜੀ। ਪਰ ਮੋਰੇ ਨਹੀਂ ਬਣੀ ਆਪਾਂ ਇਸ ਟਾਈਮ। ਦੁੱਧ ਤਿਆਰ ਕਿੰਨਾ ਪੂਰਾ ਜੀ ਇਸ ਟਾਈਮ ਭਾਈ? ਜਿਹੜਾ ਦੁੱਧ ਹੈਗਾ ਉਹ ਹੈਗਾ 10 ਲੀਟਰ। 10 ਲੀਟਰ ਤੇ ਕਿੰਨੇ ਟਾਈਮ ਹੋ ਗਏ ਸੂਈ ਨੂੰ? ਸੂਈ ਨੂੰ ਹੋ ਗਿਆ 1.5 ਮਹੀਨਾ। 1.5 ਮਹੀਨਾ ਹੋ ਗਿਆ ਤੇ ਖੋਲੋ ਭਾਜੀ ਫਿਰ ਦਿਖਾਈਏ। ਹਾਂ ਜੋ ਵੀ ਜੀ ਦੇਖੋ ਸੁਬਾ ਫਿਰ ਭਾਜੀ ਚਵਾਈ ਕਿੰਨੇ ਵਜੇ ਕੀਤੀ ਆ? ਹਾਂ ਭਾਜੀ, ਚਵਾਈ ਕਿੰਨੇ ਵਜੇ ਕੀਤੀ ਸੁਬਾ? प्योर जर्सी बेचे जी, बस लो जी लिया मोड़ ले। बाकी मौके को थोड़ा पता जी, मौके थोड़ा पता हो जाएगा। एक वाली है जी, ਇਹ ਵੀ ਸੂਈ ਹੈ ਜੀ? ਇਹ ਵੀ ਸੂਈ ਹੈ ਭਾਜੀ। ਇਹ ਵੀ ਜਰਸੀ ਹੈ ਜੀ? ਹਾਂਜੀ, ਇਹ ਜਰਸੀ ਕਰਾਸ ਹੈ। ਠੀਕ ਹੈ ਜੀ, ਛੋਟੀ ਹਾਈਟ ਦੀ ਵੈੜੀ ਆ। ਹਾਂਜੀ, ਠੀਕ ਹੈ, ਠੰਡੀ ਸੀਲ ਆ ਬਿਲਕੁਲ। ਠੀਕ ਹੈ ਜੀ, ਠੀਕ ਹੈ। ਆਹ ਚੈੱਕ ਕਰ ਸਕਦੇ, ਚੈੱਕ ਪਾਸ ਆ, 12 ਕਿਲੋ ਦੁੱਧ ਆ ਭਾਜੀ। ਖੋਲੋ ਵੀ ਜੀ ਨੂੰ ਵੀ। ਤੇ ਬੱਚਾ ਹੈ ਮਗਰ ਕੀ ਹੈ ਜੀ? ਬੱਚਾ ਹੈ ਮਗਰ ਬੱਚਾ ਜੀ ਭਾਈ। ਠੀਕ ਹੈ ਜੀ, ਬਾਰੇ ਬੈਠਾ ਜੀ। ਚਲੋ ਵੀ ਜੀ, ਆ ਵੀ ਦੇਖੋ ਗਾਂ ਆ ਦੇਖੋ ਜੀ, ਇਹ ਕਰੋਸ ਹੈ ਜੀ। ਬਾਕੀ ਥਾਨ ਲੈਵੇ ਚੈੱਕ ਕਰੋ ਜੀ, ਥਾਨ ਲੈਵਾ ਬਹੁਤ ਸੋਹਣਾ ਹੁੰਦਾ ਵੀ। 12 ਕਿਲੋ ਦਾ ਪੂਰਾ ਤਿਆਰ ਹੈ ਜੀ? ਪੂਰਾ 12 ਕਿਲੋ ਤਿਆਰ ਆ ਜੀ। ਬਤਾ ਵੀਰ ਜੀ, ਆ ਲਿਆ ਲਿਆ ਚਲੋ 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 ਲੈ ਚਲੋ। ਭਾਜੀ ਫਿਰ ਇਹਦੀ ਕੀਮਤ ਜੀ? ਇਹਦੀ ਜਿਹੜੀ ਕੀਮਤ ਆ ਭਾਜੀ ਉਹ ਹੈਗੀ ਆ 28,000 ਰੁਪਈਆ। 28,000 ਰੁਪਈਆ? ਹਾਂਜੀ। 12 ਕਿਲੋ ਦਾ ਪੂਰਾ ਨੇੜੇ? 12 ਕਿਲੋ ਦਾ ਰੈਡੀ ਆ ਪੂਰਾ। ਇੱਧਰ ਆ ਜੇ, ਇਹਦੇ ਬਾਰੇ ਦੱਸੋ ਜੀ। ਇਹ ਭਾਈ ਸੂਈ ਆ 14 ਤਰੀਕ ਨੂੰ। 14 ਤਰੀਕ ਨੂੰ ਸੂਈ ਆ? ਆਹ 14 ਨੂੰ। ਹਾਂਜੀ, ਇਹਦੇ ਪਿੱਛੇ ਬੱਚਾ ਸੀ, ਠੀਕ ਹੈ ਜੀ, ਹੁਣੇ ਮਰਿਆ ਥੋੜੇ ਦਿਨ ਹੋਇਆ, ਪਰਸੋਂ ਚੌਥ ਮਰਿਆ, ਚੌਥ ਮਰਿਆ। ਵਧੀਆ ਜੈਗ ਦਾ ਸੀਮਨ ਦਾ ਬੱਚਾ ਸੀ। ਅੱਛਾ ਜੀ, ਅੱਛਾ ਜੀ, ਜਰਸੀ ਅੜੀ ਵਾਲਾ ਜੀ। ਠੀਕ ਹੈ ਜੀ, ਮਰ ਗਿਆ ਭਾਈ, ਮਰ ਗਿਆ।
ਤੇ ਇਹ ਵੀ ਖੋਲ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਸ ਟਾਈਮ ਭਈਆ ਹੈਗਾ 11 12 11 ਮਤਲਬ ਆ 14 ਮਹੀਨਾ ਹੋ ਜਾਣਾ ਪੂਰਾ ਖੋਲੋ ਭਈਏ ਨੂੰ ਵੀ ਲੋ ਵੀ ਜੀ ਆ ਵੀ ਦੇਖੋ ਖਾਣ ਲੈ ਬਾ ਦੇਖੋ ਇਹ ਬਹੁਤ ਸੋਹਣਾ ਬਸ ਚੁਆਈ ਟਾਈਮ ਹੋਇਆ ਪਿਆ ਜੀ ਭਾਈ ਨੂੰ 1 ਘੰਟਾ ਰਹਿ ਗਿਆ ਸਾਡੇ ਦੇ ਸੀ ਜੀ ਬਸ ਸਾਡੇ ਆ ਰਹੇ ਖੋਲੋ ਵੀ ਜੀ ਖੋਲੋ ਆ ਜੀ ਤੇ ਪਹਿਲਾਂ ਨਾ ਦੂਜੇ ਜੀ ਇਹ ਗੰਦੋ ਹੈ ਖੀਰੀ ਹੈ ਭਾਈ ਖੀਰੀ ਹੈ ਪਹਿਲਾਂ ਨਹੀਂ ਹੈ ਫਿਰ ਤਾਂ ਨਾ ਜੀ ਆ ਜੀ ਬਸ ਆ ਜਾਓ ਵੀ ਜੀ ਆ ਜਾਓ ਤੇ ਵੀਰ ਜੀ ਫਿਰ ਇਹਦੀ ਕੀਮਤ ਜੀ ਇਹਦੀ ਕੀਮਤ ਹੈ ਕਿ ਭਾਈ 32000 ਰੁਪਏ 32000 ਰੁਪਏ ਹਾਂ ਜੀ ਠੀਕ ਹੈ ਜੀ ਤੇ ਇਧਰ ਆ ਗਏ ਜੀ ਇਹਨੂੰ ਭਾਈ ਸੂਈ ਨੂੰ ਹੋ ਗਿਆ ਇਸ ਟਾਈਮ ਪੌਣੇ 2 ਮਹੀਨੇ ਹੋਣ ਵਾਲੇ ਆ ਅੱਛਾ 2 ਮਹੀਨੇ ਠੀਕ ਹੈ ਹਾਂ ਜੀ 2 ਮਹੀਨੇ ਲੱਗ ਗਏ 2 ਮਹੀਨੇ ਹੋਣ ਵਾਲੇ ਆ ਹੋਏ ਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਪਿੱਛੇ ਇਹਦੇ ਬੱਚਾ ਸੀਗਾ ਉਹ ਵੀ ਮਰ ਗਿਆ ਜੀ ਠੀਕ ਹੈ ਜੀ ਹਾਂ ਕੋਈ ਮੋਰੇ ਦਾ ਆਪਾ ਬੰਨੀ ਦਾ ਨਹੀਂ ਬੱਚਾ ਹਾਂ ਜੀ ਹਾਂ ਜੀ ਠੀਕ ਹੈ ਜੀ ठीक है ਤੇ ਭਾਜੀ ਬਰੇ ਦੀ ਕੀਮਤ ਜੀ ਇਹ ਜੀ ਭਾਜੀ ਕੀਮਤ ਕਿਹਾ ਗਿਆ ਉਹ ਵੀ 32000 ਹੈ ਜੀ ਇੱਥੇ ਕਰ 32000 ਰੁਪਏ ਹਾਂ ਜੀ ਮੌਕੀ ਮੌਕੇ ਦੇ ਮਾਮਲੇ ਤਿੰਨਾਂ ਦਾ 32000 ਹੋ ਗਿਆ ਹਾਂ ਜੀ ਬਾਕੀ ਇੱਕ ਪਰਲੇ ਦਾ ਕਿੰਨਾ 28000 ਸੀ ਹਾਂ ਜੀ ਉਹ ਪਰਲੀ ਦਾ ਉਹ ਪਰਲੀ ਦਾ ਹੈ ਜੀ 28000 ਜੀ ਠੀਕ ਹੈ ਜੀ ਇੱਧਰ ਆ ਜਾਓ ਜੀ ਅੱਛਾ ਭਾਜੀ ਇੱਧਰ ਆ ਜਾਓ ਜੀ ਤੇ ਜੇ ਸਾਰੀਆਂ ਇਕੱਠੀਆਂ ਕੋ ਲੈ ਜੇ ਫਿਰ ਐਚਾ ਕੋ ਥੋੜਾ ਬਹੁਤਾ ਹੋ ਜਾਊਗਾ ਭਾਈ ਆ ਰੇਟ ਪਹਿਲੇ ਨਾਲ ਹਾਂ ਜੀ ਹਾਂ ਬਿਲਕੁਲ ਜਾਣਾ ਜਾਣਾ ਕਰਕੇ ਤਾਂ ਦੇ ਜੀ ਬਿਲਕੁਲ ਜੀ ਇੱਥੇ ਮੋੜ ਲਵੇ ਇੱਥੇ ਮੋੜ ਲਾ ਖਾਣ ਲੈ ਵੀ ਆਇਆ ਸਾਫ ਆ ਠੰਡੀ ਸੀਰ ਆ ਆ ਗਏ ਠੀਕ ਹੈ ਜੀ ਲੈ ਜਰੇ ਵੀਰੇ ਲੈ ਜਰ ਰਹੇ ਲੈ ਨਾ ਨਾ ਦਾ ਲੈ ਤਾਂ ਮੋੜ ਦਾ ਤੂੰ ਤੇ ਬਾਜੀ ਫਿਰ ਇਹਦੀ ਕੀਮਤ ਜੀ ਇਹਦੀ ਕੀਮਤ ਆ ਭਾਈ ਜਿਹੜੀ ਉਹ ਹੈਗੀ 35000 35000 ਰੁਪਏ ਠੀਕ ਹੈ ਜੀ ਬਾਕੀ ਮੌਕੇ ਤੋਂ ਦਾ ਮਾਨ ਤਾਂ ਇੰਦਰ ਆ ਜੀ ਇਹ ਆ ਭਾਈ ਇਹ ਬੜੀ ਸੂਈ ਨੂੰ ਹੋ ਗਿਆ ਇਹਨੂੰ ਵੀ ਬੱਚੀ ਨੂੰ ਹੋਇਆ ਮਹੀਨੇ ਲੱਗੇ ਸਕੇ ਹੋਣ ਵਾਲਾ ਜੀ ਇਹਦੇ ਪਿੱਛੇ ਮੱਛੀ ਆ ਜੀ ਅੱਛਾ ਜੀ ਹਾਂਜੀ ਬਾਹਰ ਮੱਛੀ ਬਣੀ ਉਹ ਹੈਗੀ ਆ ਠੀਕ ਹੈ ਇਹ ਦੁੱਧ ਤੇ ਪਹਿਲੇ ਹਫਤੇ ਮੈਂ 18 ਲੀਟਰ ਬੜਾ ਚੋਲਿਆ ਸੀ ਅੱਛਾ ਜੀ ਠੀਕ ਹੈ ਜੀ ਉਦੋਂ ਆ ਬੈੜੀ ਹੋਈ ਸੀ ਬਿਮਾਰ ਹਾਂਜੀ ਤਾਂ ਕਰਕੇ ਤਾਂ ਤੇ ਦੁਆਰਾ ਸਾਡੇ ਕੋਲ ਸੇਵਾ ਹੀ ਜਮਾ ਹੋਈ ਠੀਕ ਹੈ ਦੁੱਧ ਕਿੰਨਾ ਜੀ 7 ਲੀਟਰ ਇਸ ਟਾਈਮ 7 ਲੀਟਰ ਦਾ 7 ਲੀਟਰ 7 ਲੀਟਰ ਤੋਂ ਇਹਦੀ ਕਿਵੇਂ ਭਾਈ ਦੇਣ ਵਾਲੀ ਗੱਲ ਆ ਜਿਹੜੀ ਦੇਣੀ ਹੈ 15000 ਦੀ ਛੱਡ ਦੇਣੀ ਹੈ ਨਾ 1 ਰੁਪਏ ਥੱਲੇ ਪੱਛੀ ਨਾਲ ਦੋਗੇ ਪੱਛੀ ਨਾਲ ਦੇ ਜਾਣੀ ਹੈ 15000 ਦੀ ਦੇ ਜਾਣੀ ਹੈ ਖੋਲੋ ਵੀ ਜੀ ਵੀਡੀਓ ਦੇਖ ਸਕਦਾ ਹਾਂਜੀ ਜਿਹੜੀ ਸੂਈ ਦੀ ਵੀਡੀਓ ਸੀ ਸੱਜਰ ਦੀ ਹਾਂਜੀ ਤੁਸੀਂ ਦੇਖਿਓ ਲੇਵਾ 20 ਲੀਟਰ ਤੋਂ ਉੱਪਰ ਵਾਲਾ ਅੱਛਾ ਜੀ ਹਾਂਜੀ ਹਾਂ ਠੀਕ ਪੱਛੀ ਨਾਲ ਹੈ ਇਹ ਆ ਦੇਖੋ ਜੀ ਪਹਿਲੇ ਤੁਸੀਂ ਸੂਈ ਹੈ ਲੈ ਚਲੋ ਵੀ ਜੀ ਲੈ ਚਲੋ ਬਸ ਇੱਥੇ ਮੋੜ ਲਾ ਇੱਥੇ ਮੋੜ ਲਾ ਇਹ 15000 ਦੇਣੇ ਹੈ ਜੀ ਇਹ ਦੇਣ ਵਾਲੀ ਗੱਲ ਮੈਂ ਪਾਈ ਆ ਕਿਉਂਕਿ
ਬਾਕੀ ਪੂਰਾ ਫੁੱਲ ਮਾਨਸਰ ਕਰਦੇ ਜੇ ਕੋਈ ਲੈ ਵੀ ਜਾਵੇ ਕਬੀਰ ਹਾਂਜੀ ਅੱਛਾ ਉਹ ਵੇਚਣੀ ਆ ਆ ਜਾਓ ਫਿਰ ਇਹ ਕਿੰਨੇ ਦੇ ਹੋ ਗਈ ਜੀ ਇਹ ਝੋਟੀ ਆ ਬਾਈ ਬੱਚੇ ਦਿਖਾ ਦੋ ਆਪਣੇ ਬੀਟ ਕੱਟ ਜੀ।